सीमित रहनी इथे हार जित जे होनी है ते साथ संगत जी अपने इलाके दी हार होनी है ते जा अपने इलाके दी जित होनी है। और जद भी जिंदगी च फैसले सही ले जांदे है मैं समझदा कि जित इलाके दी होंदी है। और मैं गल क्यों कहना कि पिछली बारी कैप्टन अमरिंदर सिंह जी नू लोकां ने एमपी बनाया मगर साथ संगत जी जे कैप्टन अमरिंदर सिंह जी दे दर्शन तक होए हो जे कैप्टन अमरिंदर सिंह जी 25 साला च 6 दिन कल्ले एमपी दो तौर ते किथे पार्लियामेंट लपोची। और मैं तां आपदे कांग्रेसी वीरां नू भी कहना कि भाई तुसी इलेक्शन मंग वोटां मंगदे किहदे लई हो कि उस कैप्टन नहीं मंगदे जे इस कैप्टन दे छेती किथे ओदे दर्शन ओदे एमएलए ना कर सकन वजीरां नू नहीं लभदा इथों तां इह हालात है जिहड़ा आपदी घरवाली नू ना लभे साथ संगत जी उहने अजनाले वालिआं नू किहड़े वेले लभ पैणा मैनूं इह नहीं समझ आउंदी। अरे क्यों मेरी कांग्रेस के वीरां नू भी अपील है जां उहनां वास्ते हुण कुछ नवे बंदे तैयार होए आ कुछ कालियां भेडां कह लो जां कुछ लोग इह जे कह लो जिन्हां बारे मैं कह के गया सी अज तों 4 महीने पहला कि इह जिन्नियां पार्टियां तुरियां फिरदियां ने आप है पाप है ते भावें इह 9 ਦੇ ਟਕਸਾਲੀ ਇਹਨਾਂ ਨੇ ਅਖੀਰ ਚ ਵੋਟ ਪੰਜੇ ਨੂੰ ਪਵਾਉਣੀ ਹੈ। ਮੈਂ ਕੱਲ ਗਈ ਸੀ ਕਿ ਨਹੀਂ ਗਈ ਸੀ ਆ ਜੁੰਮੇ ਵਾਲੇ ਸੱਜਣ ਬੈਠੇ ਆ ਔਰ ਕੀ ਹੋਇਆ ਉਹ ਵੀਡੀਓ ਮੇਰੀ ਤਾਂ ਨਹੀਂ ਜਿਹੜੀ ਵੀਡੀਓ ਤੁਸੀਂ ਵੇਖਦੇ ਫਿਰਦੇ ਹੋ ਕਿ ਜਿਹੜਾ ਸੱਜਣ ਜੀ ਨੂੰ ਤੁਸੀਂ ਐਮਐਲਏ ਬਣਾਇਆ ਸਾਧ ਸੰਗਤ ਜੀ ਸਾਡੇ ਚ ਇੰਨੀ ਹਿੰਮਤ ਨਹੀਂ ਕੱਲੇ ਨੂੰ ਐਮਐਲਏ ਬਣਨ ਦੀ ਜੇ ਐਮਐਲਏ ਐਮਪੀ ਸਾਨੂੰ ਕੋਈ ਬਣਾਉਂਦਾ ਤੇ ਸਾਧ ਸੰਗਤ ਜੀ ਜਦ ਪਿੰਡ ਪਿੰਡ ਚ ਤੁਸੀਂ ਜਾ ਕੇ ਮਿਹਨਤ ਕਰਦੇ ਹੋ ਪਿੰਡ ਪਿੰਡ ਚ ਲੱਤ ਕੱਢ ਕੇ ਤੁਸੀਂ ਲੜਾਈ ਲੜਦੇ ਹੋ ਫਿਰ ਸਾਡੇ ਵਰਗੇ ਕਿਤੇ ਵਿਧਾਨ ਸਭਾ ਦੀ ਜਾਂ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਦੇ ਆ। ਔਰ ਮੈਂ ਉਹ ਦਿਨ ਭੁੱਲ ਨਹੀਂ ਸਕਦਾ ਕਿ ਸਾਧ ਸੰਗਤ ਜੀ ਜਦੋਂ ਬੇਅੰਤ ਸਿੰਘ ਦੀ ਵਜ਼ਾਰਤ ਸੀ ਮੈਨੂੰ ਲੱਗਦਾ ਉਦੋਂ ਪੱਠਲ ਬੀਬੀ ਪੱਠਲ ਮੁੱਖ ਮੰਤਰੀ ਸੀ ਜਾਂ ਚਰਨ ਸਿੰਘ ਬਰਾੜ ਉਦੋਂ ਮੁੱਖ ਮੰਤਰੀ ਸਨ ਔਰ 1995 ਦੀ ਗੱਲ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਵਾਪਸੀ ਹੋਈ ਸਾਧ ਸੰਗਤ ਜੀ ਉਹਦੀਆਂ ਨੀਹਾਂ ਇਸ ਹਲਕੇ ਨੇ ਤੁਸਾਂ ਸਾਰਿਆਂ ਨੇ ਰੱਖੀ ਸੀ ਔਰ ਉਹ ਜਿੱਤ ਡਾਕਟਰ ਰਤਨ ਸਿੰਘ ਅਜਨਾਲਾ ਦੀ ਨਹੀਂ ਸੀ ਡਾਕਟਰ ਸਾਹਿਬ ਦੀ ਪਰਿਵਾਰ ਦੀਆਂ ਵੋਟਾਂ 10 ਹੋਣੀਆਂ 20 ਹੋਣੀਆਂ ਮਗਰ ਪਿੰਡ ਪਿੰਡ ਜੇ ਪਹਿਰੇ ਲੱਗੇ ਜੇ ਪਿੰਡ ਪਿੰਡ ਮੋਰਚੇ ਲਾਏ ਤੇ ਸਾਧ ਸੰਗਤ ਜੀ ਉਹ ਵਰਕਰ ਸਾਹਿਬਾਨਾਂ ਨੇ ਲਾਏ ਉਹ ਤੁਸੀਂ ਲਾਏ ਔਰ ਮੁੜ ਕੇ ਤੁਹਾਡੀ ਮਿਹਨਤ ਸਦਕਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਪੰਜਾਬ ਦੇ 18 ਸਾਲ ਬਾਅਦ ਮੁੱਖ ਮੰਤਰੀ ਬਣੇ। ਇਸ ਲਈ ਤੁਹਾਡਾ ਜਿਹੜਾ ਆਸਾਨ ਹੈ ਜੋ ਤੁਹਾਡੀ ਮਿਹਰਬਾਨੀ ਹੈ ਜਦ ਮੈਂ ਇੱਥੇ ਆ ਰਿਹਾ ਸੀ ਬਾਦਲ ਸਾਹਿਬ ਨੇ ਮੈਨੂੰ ਆਪ ਅਚੇਚੇ ਤੌਰ ਤੇ ਕਿਹਾ ਕਿ ਅਜਨਾਲੇ ਵਾਲਿਆਂ ਦਾ ਮੇਰਾ ਇਸ ਗੱਲ ਦਾ ਧੰਨਵਾਦ ਕਰੀ ਕਿ ਜੇ ਮੈਨੂੰ 18 ਸਾਲ ਬਾਅਦ ਪੰਜਾਬ 'ਚ ਫਿਰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ ਉਹਦੀ ਸ਼ੁਰੂਆਤ ਉਹਦੀਆਂ ਨੀਹਾਂ ਅਜਨਾਲੇ ਹਲਕੇ 'ਚ 1995 'ਚ ਰੱਖੀਆਂ ਗਈਆਂ ਸਨ। ਇਸ ਲਈ ਮੇਰੇ ਵੀਰੋ ਅੱਜ ਵੀ ਚੁਣੌਤੀ ਉਹ ਜੀ ਆਈ ਹੈ ਔਰ ਜਿਹੜੀ ਗੱਲ ਮੈਂ ਪਹਿਲਾਂ ਕਰ ਰਿਹਾ ਸੀ ਕਿ ਮੈਨੂੰ ਦੁੱਖ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਔਰ ਅੱਜ ਮੈਂ ਇਸ ਸਟੇਜ ਤੋਂ ਇੱਕ ਅਸਲੀਅਤ ਦੱਸ ਕੇ ਚੱਲਿਆ ਸ਼ਰ ਜੀ ਦਾ ਤੁਹਾਨੂੰ ਪਤਾ ਨਹੀਂ ਜਿਨ੍ਹਾਂ ਦੀ ਵੀਡੀਓ ਤੁਸੀਂ ਵੇਖੀ ਹੈ ਉਹਨਾਂ ਨੇ ਵੀਡੀਓ ਤੋਂ ਪਹਿਲਾਂ ਕਾਂਗਰਸ ਪਾਰਟੀ 'ਚ ਵੀ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਔਰ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਉਹਨਾਂ ਦਾ ਵਿਰੋਧ ਕਰਤਾ ਔਰ ਉਹ ਕਾਂਗਰਸ ਪਾਰਟੀ 'ਚ ਸ਼ਾਮਲ ਨਹੀਂ ਹੋ ਸਕੇ। ਇਹ ਗੱਲ ਨੂੰ ਉਹ ਕਹਿਣਗੇ ਝੂਠ ਹੈ ਮਗਰ ਜਿਸ ਦਿਨ ਆਊਗਾ ਮਜੀਠੀਆ ਉਹ ਪ੍ਰੂਫ ਵੀ ਸਾਹਮਣੇ ਰੱਖੂਗਾ ਤੇ ਇਹਨਾਂ ਨੂੰ ਕਹਿਣਾ ਔਖਾ ਹੋ ਜਾਊਗਾ ਕਿ ਇਹ ਝੂਠ ਨਹੀਂ ਹੈ। ਸਾਧ ਸੰਗਤ ਜੀ ਫੇਰ ਅੱਜ ਉਹ ਗੱਲ ਜਿਹੜੀ ਮੈਂ ਕਹਿੰਦਾ ਸੀ ਕਿ ਦਿਨ ਨਿਕਲ ਜਾਣਗੇ ਔਰ ਇਹਨਾਂ ਨੇ ਅਖੀਰ 'ਚ ਕਹਿਣਾ ਕਿ ਪੰਜੇ ਨੂੰ ਵੋਟ ਪਾ ਦਿਓ ਔਰ ਇਹ ਅਸਲੀਅਤ ਹੈ ਕਿ ਜਿੰਨੇ ਵੀ ਕੈਂਡੀਡੇਟ ਇਹਨਾਂ ਦਾ ਕੈਂਡੀਡੇਟ ਹੁਣ ਇੱਕੋ ਹੀ ਰਹਿ ਗਿਆ ਉਹ ਕਿਹੜਾ ਆਪਣਾ ਅਨੰਦਪੁਰ ਵਾਲਾ ਸਾਹਿਬ ਵੀਰ ਦਵਿੰਦਰ ਸਿੰਘ ਉਹਨਾਂ ਦਾ ਵੀ ਪਿਛੋਕੜ ਵੇਖ ਲਓ ਉਹ ਕਿਸੇ ਪਾਸਿਓ ਟਕਸਾਲੀ ਤਾਂ ਨਹੀਂ ਜਾਲੀ ਜ਼ਰੂਰ ਨੇ। ਮੈਂ ਕਿਉਂ ਕਹਿੰਦਾ ਇਹ ਗੱਲ
ਜਿਹੜਾ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਰਹੇ, ਫਿਰ ਕਾਂਗਰਸ 'ਚ ਚਲੇ ਗਏ, ਕਾਂਗਰਸ 'ਚੋਂ ਨਿਕਲ ਕੇ ਪੀਪੀਪੀ 'ਚ ਚਲੇ ਗਏ, ਪੀਪੀਪੀ 'ਚੋਂ ਨਿਕਲ ਕੇ ਆਪ 'ਚ ਆ ਗਏ, ਆਪ 'ਚੋਂ ਨਿਕਲ ਕੇ ਪਾਪ 'ਚ ਚਲੇ ਗਏ, ਤੇ ਪਾਪ 'ਚੋਂ ਨਿਕਲ ਕੇ ਅੱਜ ਟਕਸਾਲੀਆਂ ਦੀ ਗੱਡੀ ਚੜ੍ਹ ਗਏ। ਉਹ ਬਾਲਾ ਚਿਰ ਉੱਥੇ ਵੀ ਨਹੀਂ ਰਹਿਣੇ। ਔਰ ਮੈਂ ਇਹੀ ਬੇਨਤੀ ਕਰਦਾ ਕਿ ਜਿਹੜੇ ਲੋਕ ਅੱਜ ਕਾਂਗਰਸ ਨਾਲ ਰਲ ਕੇ ਖੇਡਦੇ ਆ, ਸੱਚੇ ਪਾਤਸ਼ਾਹ ਉਹਨਾਂ ਦੀ ਪਹਿਚਾਣ ਕਰਾ ਰਿਹਾ, ਸੱਚਾਈ ਨੂੰ ਕੋਈ ਲੁਕੋ ਨਹੀਂ ਸਕਦਾ। ਔਰ ਇਸ ਗੱਲ ਤੋਂ ਸੁਚੇਤ ਹੁੰਦਿਆਂ ਹੋਇਆ ਜੇ ਕਾਂਗਰਸ ਦੀ ਮਦਦ ਕਰਨੀ ਹੈ ਤੇ ਮੈਂ ਸਮਝਦਾ ਲੁੱਕ ਛਿਪ ਕੇ ਇਹਨਾਂ ਨੂੰ ਕਰਨ ਦੀ ਲੋੜ ਨਹੀਂ। ਸਟੇਜਾਂ ਤੋਂ ਐਲਾਨ ਦਿਓ ਕਿ ਵੋਟ ਕੈਪਟਨ ਅਮਰਿੰਦਰ ਸਿੰਘ ਨੂੰ ਪਾਏ, ਲੋਕਾਂ ਨੂੰ ਸਮਝ ਆ ਜਾਏ ਕਿ ਤੁਸੀਂ ਕਿਵੇਂ ਪੰਜਾਬ ਦੀ ਪਿੱਠ 'ਚ ਛੁਰਾ ਮਾਰਨ ਦਾ ਕੰਮ ਕਰ ਰਹੇ ਹੋ। ਮੈਂ ਅੱਜ ਵੀ ਡਾਕਟਰ ਰਤਨ ਸਿੰਘ ਜੀ ਅਜਨਾਲਾ ਸਾਹਿਬ ਦਾ ਸਤਿਕਾਰ ਕਰਦਾ, ਔਰ ਮੈਂ ਅੱਜ ਵੀ ਡਾਕਟਰ ਸਾਹਿਬ ਦੀ ਜਿਹੜੀ ਪਾਰਟੀ ਪ੍ਰਤੀ ਸੇਵਾਵਾਂ ਨੇ ਉਹਦਾ ਸਤਿਕਾਰ ਕਰਦਾ, ਮਗਰ ਮੈਂ ਅਸਲੀਅਤ ਵੀ ਬਿਆਨ ਕਰਦਾ ਕਿ ਡਾਕਟਰ ਸਾਹਿਬ ਦੀ ਕੀਤੀ ਕਰਾਈ 'ਚ ਜੇ ਉਹਨੂੰ ਖੂਹ 'ਚ ਸਿੱਟਣ ਦਾ ਕੰਮ ਕਿਸੇ ਨੇ ਕੀਤਾ, ਉਹ ਸੇਵਾ ਨੂੰ ਕਲੰਕਿਤ ਕਿਸੇ ਨੇ ਕੀਤਾ, ਤੇ ਸਾਧ ਸੰਗਤ ਜੀ ਉਹ ਜਿਹੜਾ ਕਾਕਾ ਉਹਦੇ ਜਿਹੜੇ ਕਾਰਨਾਮੇ ਹੈ ਮੈਂ ਨਾ ਹੀ ਸਟੇਜ ਤੋਂ ਦੱਸਾਂ, ਉਹ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ। ਇੱਥੇ ਕਈ ਬਜ਼ੁਰਗ ਬੈਠੇ ਆ ਜਿਹੜੇ ਸਿਰਫ ਤੇ ਸਿਰਫ ਪਿਆਰ ਦੇ ਭੁੱਖੇ ਆ, ਜਿਹੜੇ ਸਿਰਫ ਤੇ ਸਿਰਫ ਇੱਜ਼ਤ ਦੇ ਭੁੱਖੇ ਆ, ਜਿਨ੍ਹਾਂ ਨੂੰ ਕਦੇ ਇੱਜ਼ਤ ਨਹੀਂ ਮਿਲੀ। ਉਹਨਾਂ ਨੇ MLA ਵੀ ਬਣਾਇਆ, ਉਹਨਾਂ ਨੇ CPS ਦੀ ਵੀ ਸਿਫਾਰਿਸ਼ ਕੀਤੀ, ਮਗਰ ਜੇ ਮੁੰਡੇ ਨੂੰ ਸਮਝ ਨਾ ਆਵੇ ਔਰ ਉਹਨੇ ਇਸ ਤਰੀਕੇ ਦਾ ਵਿਵਹਾਰ ਕੀਤਾ ਕਿ ਅਖੀਰ 'ਚ ਜਿਨ੍ਹਾਂ ਨੇ MLA ਦੀ ਪੌੜੀ ਤੇ ਚੜਾਇਆ ਦੋ ਵਾਰੀ, ਉਹਨੇ ਸਾਧ ਸੰਗਤ ਜੀ ਹੈਂਡ ਬਰੇਕ ਖਿੱਚਤੀ, ਬਰੇਕਾਂ ਖਿੱਚਤੀਆਂ ਤੇ ਮੁੜ ਕੇ ਵਿਧਾਨ ਸਭਾ ਦੀ ਪੌੜੀ। ਸਾਧ ਸੰਗਤ ਜੀ ਮੈਂ ਕੋਈ ਅੰਤਰਜਾਮੀ ਤਾਂ ਨਹੀਂ, ਮਗਰ ਮੈਂ ਇੱਕ ਗੱਲ ਕਹਿ ਸਕਦਾ ਕਿ ਸਵਾਰੀ ਆਪਣੇ ਸਮਾਨ ਲਈ ਆਪ ਜ਼ਿੰਮੇਵਾਰ ਹੈ, ਔਰ ਜੋ ਹਾਲਾਤ ਬਣ ਗਏ ਹੈ ਮੈਨੂੰ ਨਹੀਂ ਲੱਗਦਾ ਛੇਤੀ ਕਿਤੇ ਹੁਣ ਕਦੇ ਵੀ ਵਿਧਾਨ ਸਭਾ ਦੀ ਪੌੜੀ ਦਾ ਚੜ੍ਹਨ ਦਾ ਮੌਕਾ ਮਿਲੂਗਾ। ਜਿਹੜਾ ਬੰਦਾ ਲੋਕਾਂ ਨਾਲ ਵਫਾਦਾਰੀ ਨਾ ਕਰ ਸਕੇ, ਮਾਂ ਭਾਰਤੀ ਨਾਲ ਵਫਾਦਾਰ ਨਾ ਰਹਿ ਸਕੇ, ਰਾਜਨੀਤੀ ਕਰਨ ਸਿਰਫ ਤੇ ਸਿਰਫ ਕਾਂਗਰਸ ਨੂੰ ਫਾਇਦਾ ਪਹੁੰਚਾਉਣ ਲਈ, ਜਿਸ ਕਾਂਗਰਸ ਨੇ ਅੱਜ ਪੰਜਾਬ ਦਾ ਇੰਨਾ ਵੱਡਾ ਨੁਕਸਾਨ ਕੀਤਾ ਉਹ ਕਦੇ ਬਖਸ਼ੇ ਨਹੀਂ ਜਾਣਗੇ। ਔਰ ਮੈਂ ਕੋਈ ਲੰਮਾ ਚੌੜਾ ਭਾਸ਼ਣ ਦੇਣ ਵਾਸਤੇ ਤਾਂ ਨਹੀਂ ਆਇਆ, ਮਗਰ ਮੈਂ ਜਿਹੜੀ ਗੱਲ ਪਹਿਲਾਂ ਕਹਿੰਦਾ ਸੀ ਕਿ ਜੇ ਫੈਸਲੇ ਠੀਕ ਹੋਏ ਤੇ ਸਾਧ ਸੰਗਤ ਜੀ ਇਲਾਕੇ ਨੂੰ ਬਹੁਤ ਫਾਇਦਾ ਪਹੁੰਚੂਗਾ, ਜਿੱਥੇ ਮੈਂ ਪਹਿਲਾਂ ਵੀ ਇਹ ਵਿਸ਼ਵਾਸ ਦਵਾ ਚੁੱਕਿਆ ਕਿ ਹੁਣ ਮਜੀਠੇ ਤੇ ਅਜਨਾਲੇ 'ਚ ਕੋਈ ਫਰਕ ਨਹੀਂ ਰਹੂਗਾ। ਇਹ ਇੱਕ ਹਲਕਾ ਹੈ, ਇਹਨੂੰ ਇੱਕ ਨਜ਼ਰ ਨਾਲ ਵੇਖਾਂਗੇ, ਤੇ ਜੇ ਇੱਕ ਨਜ਼ਰ ਨਾਲ ਵੇਖਾਂਗੇ ਤੇ ਇੱਥੇ ਤਰੱਕੀ ਵੀ ਰੱਬ ਸੁੱਖ ਰੱਖੇ। ਜਿਸ ਦਿਨ ਸਰਕਾਰ ਬਣ ਗਈ ਮਜੀਠੇ, ਜਿੰਨੀ ਤੁਹਾਡੀ ਮਜੀਠੇ ਤੋਂ ਇੱਕ ਕਦਮ ਵੱਧ ਤਰੱਕੀ ਕਰਾ ਕੇ ਵਿਖਾਵਾਂਗੇ, ਘੱਟ ਨਹੀਂ ਕਰਕੇ ਰੱਖਾਂਗੇ। ਔਰ ਮੈਂ ਸਮਝਦਾ ਕਿ ਤੁਸੀਂ ਤਰੱਕੀ ਚਾਹੁੰਦੇ ਹੋ, ਤੁਸੀਂ ਵਿਕਾਸ ਚਾਹੁੰਦੇ ਹੋ, ਤੁਸੀਂ ਪਿੰਡਾਂ 'ਚ ਗਰਾਂਟਾਂ ਚਾਹੁੰਦੇ ਹੋ। ਅੱਜ ਸਰਦਾਰ ਹਰਦੀਪ ਸਿੰਘ ਜੀ ਚੱਲ ਕੇ ਆਏ ਆ ਤੁਹਾਡੇ ਕੋਲ, ਸਾਧ ਸੰਗਤ ਜੀ ਮੈਂ ਪੈਸੇ ਕਿਹਦੇ ਕੋਲੋਂ ਲੈ ਕੇ ਦੇਣੇ? ਵੋਟਾਂ ਤਾਂ ਦੋ ਹੀ ਕੀਮਤੀ ਨੇ, ਇੱਕ ਵੋਟ ਉਹ ਜਿਹੜਾ MLA ਬਣਾਵੇ ਜਿਹਦੇ ਨਾਲ ਸੂਬੇ ਦੀ ਸਰਕਾਰ ਬਣਦੀ ਹੈ, ਔਰ ਸੂਬੇ ਦੀ ਸਰਕਾਰ ਦੀ ਜਵਾਬਦੇਹੀ ਸੂਬੇ ਦੇ ਲੋਕਾਂ ਪ੍ਰਤੀ ਹੁੰਦੀ ਹੈ। ਜੇ ਸਹੂਲਤਾਂ ਦੇਣੀਆਂ ਨੇ, ਜੇ ਲੋਕਾਂ ਦੀ ਡਿਵੈਲਪਮੈਂਟ ਕਰਾਉਣੀ ਹੈ ਤੇ ਸਾਧ ਸੰਗਤ ਜੀ ਉਹ ਸੂਬੇ ਦੀ ਸਰਕਾਰ ਨੇ ਕਰਨੀ, ਔਰ ਦੂਜੀ ਵੋਟ ਉਹ ਜਿਹਦੇ ਨਾਲ MP ਬਣੇ। ਔਰ ਸਾਧ ਸੰਗਤ ਜੀ MP ਬਣ ਜਾਣਗੇ, ਮਗਰ MP ਇੰਨਾ ਕੁਛ ਨਹੀਂ ਕਰ ਸਕਦਾ ਜਦ ਤੱਕ ਦਿੱਲੀ 'ਚ ਸਰਕਾਰ ਉਹਦੀ ਨਾ ਹੋਵੇ। ਇਸ ਲਈ ਮੈਂ ਇਹੀ ਬੇਨਤੀ ਲੈ ਕੇ ਆਇਆ ਕਿ ਐਤਕੀ ਤੁਸੀਂ ਵੋਟ MP ਨੂੰ ਨਹੀਂ, ਪਿਛਲੀ ਵਾਰੀ ਵੀ ਤੁਹਾਨੂੰ ਕਿਹਾ ਸੀ ਜਾਗਦੇ ਰਹੋ ਤੇ ਨੁਕਸਾਨ ਕਿਹਦਾ ਹੋਇਆ? ਜੇਟਲੀ ਸਾਹਿਬ ਤਾਂ ਫੇਰ ਖਜ਼ਾਨਾ ਮੰਤਰੀ ਦੇਸ਼ ਦੇ ਬਣ ਗਏ, ਨੁਕਸਾਨ ਨਾ BJP ਦਾ ਹੋਇਆ ਨਾ ਜੇਟਲੀ ਸਾਹਿਬ ਦਾ ਹੋਇਆ, ਨੁਕਸਾਨ ਹੋਇਆ ਤੇ ਆਪਣਾ ਹੋਇਆ, ਇਸ ਇਲਾਕੇ ਦਾ ਹੋਇਆ। ਜੇ ਕਿਤੇ ਖਜ਼ਾਨਾ ਮੰਤਰੀ ਤੇ ਅਹਿਸਾਨ ਕਰ ਦਿੰਦੇ ਤੇ ਸਾਧ ਸੰਗਤ ਜੀ ਗੁੱਟ ਫੜ ਕੇ ਉਹਨੂੰ ਕਹਿ ਸਕਦੇ ਸਾਂ ਕਿ ਇੱਥੇ ਅਜਨਾਲੇ ਵਾਸਤੇ, ਰਮਦਾਸ ਵਾਸਤੇ, ਚਮਿਆਰੀ ਵਾਸਤੇ,
ਬਾਰਡਰ ਦੇ ਫਲਾਣੇ ਪਿੰਡ ਵਾਸਤੇ ਸਾਨੂੰ ਗ੍ਰਹਿਣ ਦੇ ਦੇ, ਮਗਰ ਉਹ ਹਾਲਾਤ ਨਹੀਂ ਬਣ ਸਕੇ। ਇਸ ਲਈ ਮੈਂ ਅੱਜ ਵੀ ਫੇਰ ਕਹਿੰਦਾ, ਇੱਕ ਵਾਰੀ ਗਲਤੀ ਹੋ ਗਈ ਹੋ ਗਈ, ਅੱਜ ਮੈਂ ਆਸ ਕਰਦਾ ਕਿ ਤੁਸੀਂ ਤਾਂ ਪੈਰਾਂ ਲਾਓਗੇ, ਮਗਰ ਨਾਲ ਲੋਕੀ ਜਿਹੜੇ ਮਾੜੇ ਮੋਟੇ ਭਟਕੇ ਫਿਰਦੇ ਆ ਧੜੇ ਬੰਦੀਆਂ ਤੋਂ ਉੱਤੇ ਉੱਠ ਕੇ, ਜੇ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਜਵਾਬ ਦਈਆਂ, ਫਿਰ ਜੇ ਮੌਕਾ ਆਪਣੇ ਆਇਆ ਫੈਸਲੇ ਸਹੀ ਕਰਨੇ ਪੈਣੇ, ਔਰ ਜੇ ਫੈਸਲਾ ਸਹੀ ਹੋਇਆ ਮੈਨੂੰ ਤੁਹਾਡੇ ਬਾਰਡਰ ਦੇ ਇਲਾਕੇ ਦੀਆਂ ਮੁਸ਼ਕਲਾਤਾਂ ਦੀ ਸਮਝ ਹੈ ਤੇ ਅਸੀਂ ਵੀ ਗੁੱਟ ਫੜ ਕੇ ਸਰਦਾਰ ਹਰਦੀਪ ਸਿੰਘ ਜੀ ਕੋਲੋਂ ਉਹ ਕੰਮ ਕਰਾ ਲਾਂਗੇ ਜਿਹੜੇ ਕਦੇ ਗੁਰਜੀਤ ਔਜਲਾ ਕਰ ਨਹੀਂ ਸਕਦਾ। ਔਰ ਮੈਂ ਹਮੇਸ਼ਾ ਕਹਿੰਦਾ ਹੁੰਦਾ, ਜਦੋਂ ਮੈਂ ਕਿਸੇ ਦੇ ਜ਼ਾਤੀ ਖਿਲਾਫ ਨਹੀਂ, ਕਈ ਵਾਰੀ ਇਹ ਕਾਂਗਰਸਾਂ ਨੂੰ ਮਿਰਚਾਂ ਲੱਗ ਜਾਂਦੀ ਹੈ ਜਦੋਂ ਮੈਂ ਕੋਈ ਗੱਲ ਕਹਿੰਦਾ, ਮੈਂ ਤਾਂ ਉਹਨਾਂ ਦਾ ਵੀ ਰੱਬ ਉਹਨਾਂ ਨੂੰ ਵੀ ਲੰਮੀ ਉਮਰ ਬਖਸ਼ੇ, ਮੈਂ ਉਹਨਾਂ ਦੇ ਜ਼ਾਤੀ ਖਿਲਾਫ ਨਹੀਂ, ਮਗਰ ਜੇ ਘਰ 'ਚ ਕਿਸੇ ਬੇਟੀ ਦਾ ਰਿਸ਼ਤਾ ਕਰਨਾ ਹੋਵੇ ਨਾ ਤੇ ਬੰਦਾ ਪਹਿਲੀ ਗੱਲ ਪੁੱਛਦਾ ਕਿ ਦੱਸ ਵੀ ਕਾਕਾ ਪੜ੍ਹਿਆ ਲਿਖਿਆ ਕਿੰਨਾ, ਇਹੀ ਪੁੱਛਦੇ ਹੁੰਦੇ ਨਾ। ਤੇ ਜੇ ਤੁਹਾਨੂੰ ਕੋਈ ਕਹਿ ਦੇਵੇ ਕਿ ਕਾਕਾ ਤਾਂ ਜੀ 10ਵੀਂ ਪਾਸ ਹੈ 11ਵੀਂ ਫੇਲ ਹੈ, ਤੇ ਤੁਸੀਂ ਕਹੋਗੇ ਨਾ ਅਸੀਂ ਤਾਂ ਨਹੀਂ ਆਪਦੀ ਬੇਟੀ ਦੇ ਸਕਦੇ ਫਲਾਣੇ ਕਰਕੇ, ਕਰੂ ਕੀ, ਆਪ ਕੀ ਕਮਾਊ ਤੇ ਸਾਡੀ ਬੇਟੀ ਨੂੰ ਕਿਵੇਂ ਸਾਂਭੂ। ਇੱਥੇ ਤਾਂ ਜਿਹੜਾ ਐਮ ਪੀ ਖਲੋਤਾ ਕਾਂਗਰਸ ਦਾ ਉਹਦੇ ਹਾਲਾਤ ਇਹੋ ਜਿਹੀ ਹੈ, 10ਵੀਂ ਪਾਸ 11ਵੀਂ ਫੇਲ, ਉਹਨੇ ਭਾਉ ਨੇ ਕਰਨਾ ਕੀ ਹੈ ਮੈਨੂੰ ਇਹ ਨਹੀਂ ਸਮਝ ਆਉਂ। ਆ ਹਰਿਆਣਾ ਟੱਪ ਜਾਓ ਨਾ ਤੇ ਅੰਗਰੇਜ਼ੀ ਬੋਲਣੀ ਪੈਂਦੀ ਹੈ ਜੇ ਦਿੱਲੀ ਕੋਈ ਗੱਲ ਸੁਣਾਉਣੀ ਹੈ, ਕਿਉਂਕਿ ਉੱਥੇ 543 ਜੇ ਬਹਿੰਦੇ ਐਮ ਪੀ ਦੁਨੀਆਂ ਨੂੰ ਗੱਲ ਸੁਣਾਉਣੀ ਹੈ, ਤੇ ਜੇ ਦੁਨੀਆਂ ਨੂੰ ਗੱਲ ਸੁਣਾਉਣੀ ਹੈ ਫਿਰ ਤੁਹਾਨੂੰ ਭਾਸ਼ਾ ਦੀ ਵੀ ਸਮਝ ਆਉਣੀ ਚਾਹੀਦੀ। ਔਰ ਮੈਂ ਮਹਿਸੂਸ ਕਰਦਾ ਸਰਦਾਰ ਹਰਦੀਪ ਸਿੰਘ ਜੀ ਤੁਸੀਂ ਸ਼ਾਇਦ ਪਛਾਣਿਆ ਨਹੀਂ ਕਦੇ, ਨੌਜਵਾਨਾਂ ਨੂੰ ਮੈਂ ਕਹੂੰਗਾ ਗੂਗਲ 'ਚ ਸਰਚ ਕਰਿਓ, ਜਦ ਵੀ ਦੇਸ਼ ਦੀ ਗੱਲ ਇੰਟਰਨੈਸ਼ਨਲ ਲੈਵਲ ਤੇ ਰੱਖਣੀ ਪੈਂਦੀ ਸੀ, ਭਾਵੇਂ ਸਰਕਾਰ ਕਾਂਗਰਸ ਦੀ ਸੀ ਤੇ ਭਾਵੇਂ ਬੀਜੇਪੀ ਦੀ ਸੀ, ਯੂਨਾਈਟਿਡ ਨੇਸ਼ਨ 'ਚ ਜਾ ਕੇ ਹਿੰਦੁਸਤਾਨ ਦੀ ਗੱਲ ਸਰਦਾਰ ਹਰਦੀਪ ਸਿੰਘ ਜੀ ਰੱਖਦੇ ਸਨ। ਅੱਜ ਜੇ ਪੱਗ ਦੀ ਸ਼ਾਨ ਵਾਸਤੇ ਅਮਰੀਕਾ ਹਮੇਸ਼ਾ ਕਹਿੰਦਾ ਸੀ ਸਿੱਖ ਆਪਣੀ ਪੱਗ ਲਾਵੇ, ਮਗਰ ਇਹਨਾਂ ਨੇ ਕਿਹਾ ਮੈਂ ਅਮਰੀਕਾ ਨਹੀਂ ਵੜੂ, ਜਹਾਜ਼ ਨਹੀਂ ਚੜੂ, ਮਗਰ ਮੈਂ ਅੱਜ ਉਸੇ ਦਿਨ ਚੜੂੰਗਾ ਜਿਸ ਦਿਨ ਮੈਨੂੰ ਇਹ ਕਹਿ ਦੇਣਗੇ ਕਿ ਪੱਗ ਲਾਉਣ ਦੀ ਲੋੜ ਨਹੀਂ, ਗੱਜ ਕੇ ਸਟੈਂਡ ਲਿਆ। ਔਰ ਉਸ ਦਿਨ ਤੋਂ ਅਮਰੀਕਾ ਨੂੰ ਚੁੱਕਣਾ ਪਿਆ, ਸਰਦਾਰ ਹਰਦੀਪ ਸਿੰਘ ਜੀ ਉਹ ਬੰਦੇ ਨੇ ਜਿਹਨੇ ਪੱਗ ਦੇ ਵਾਸਤੇ ਉਹ ਫੈਸਲਾ ਪਲਟਾਇਆ। ਔਰ ਮੈਂ ਅੱਜ ਵੀ ਤੁਹਾਨੂੰ ਕਹਿੰਦਾ ਕਿ ਇਹਦੇ ਇੱਕ ਸਿਫਤਾਂ ਨਹੀਂ, 5-7 ਭਾਸ਼ਾ 'ਚ ਜਪਾਨੀ ਤੱਕ ਇਹ ਭਾਉ ਨੂੰ ਗੱਲ ਕਰਨੀ ਆਉਂਦੀ ਆ। ਜਿਹੜਾ ਦੂਜਾ ਬੰਦਾ ਉਹਦੇ ਤਾਂ ਮੈਂ ਪਹਿਲਾਂ ਵੀ ਗੱਲ ਦੱਸ ਚੁੱਕੀ, ਉਹਨੂੰ ਮਿਰਚਾਂ ਬੜੀਆਂ ਲੱਗਦੀਆਂ, ਉਹਦੀ ਮੈਂ ਕੱਲ੍ਹ ਮਾਤਾ ਦੀ ਵੀਡੀਓ ਵੇਖ ਰਿਹਾ ਸੀ, ਉਹ ਐਵੇਂ ਮੇਰੇ 'ਤੇ ਔਖੀ ਹੋਈ ਜਾਂਦੀ ਸੀ, ਮੈਂ ਮਾਤਾ ਤੂੰ ਕਿਉਂ ਨਾਰਾਜ਼ ਹੁੰਦੀ ਹੈ ਜੇ ਪੜ੍ਹਾ ਲੈਣਾ ਸੀ ਇਹਨੂੰ ਨਿਆਣੇ ਨੂੰ, ਫਿਰ ਮਾਤਾ ਵਿੱਚ ਇਹ ਬੋਲੀ ਗਈ ਸਰਟੀਫਿਕੇਟ 'ਚ ਤਾਂ ਭਰਤਾ ਉੱਥੇ ਇਲੈਕਸ਼ਨ ਕਮਿਸ਼ਨ ਕੋਲ ਕਿ 10ਵੀਂ ਪਾਸ 11ਵੀਂ ਫੇਲ, ਅਤੇ ਮਾਤਾ ਕਹਿੰਦੀ ਇਹ ਤਾਂ ਬੀ ਏ ਪਾਸ ਕੀਤੀ ਹੈ, ਮਾਤਾ ਫਿਰ ਲਿਖਾ ਦੇਣਾ ਸੀ ਬੀ ਏ ਪਾਸ ਹੈ, ਅਸੀਂ ਕਿਹੜਾ ਕਹਿੰਦੇ ਨਾਂਕ ਲਿਖੋ, ਮਗਰ ਕਿਉਂ ਇਹ ਜੇ ਕੰਮ ਕਰਦੇ ਹੋ। ਆ 2.5 ਸਾਲ ਹੁਣ 5 ਸਾਲ ਅੱਗੇ ਮੋਦੀ ਦੀ ਸਰਕਾਰ ਬਣਨੀ ਹੈ, ਅਤੇ ਦੱਸੋ ਜਿਹੜਾ ਕਾਂਗਰਸ ਦਾ ਐਮ ਪੀ ਭੇਜਾਂਗੇ ਤਾਂ ਫਿਰ ਕੈਪਟਨ ਨਾਲ ਹੀ ਬਣੂ, ਸਰਕਾਰ ਤਾਂ ਹੋਣੀ ਨਹੀਂ, ਅਤੇ ਨੁਕਸਾਨ ਕਿਹਦਾ ਹੋਊ, ਇਲਾਕੇ ਦਾ ਹੋਊ। ਇਸ ਬੰਦੇ ਨੇ ਤਾਂ ਵਜ਼ੀਰ ਦੇ ਰੂਪ 'ਚ ਆ ਰੈਡੀਮੇਡ ਆਇਆ ਤੁਹਾਡੇ ਕੋਲ, ਇੱਕ ਮਿੰਟ ਹੁੰਦਾ ਨਾ ਰੈਡੀਮੇਡ, ਰੈਡੀਮੇਡ ਚੀਜ਼ ਆਈ ਹੈ, ਇਹਨੇ ਤਾਂ ਵਾਪਸ ਜਾ ਕੇ ਵੀ ਵਜ਼ੀਰ ਦੇ ਵਜ਼ੀਰ ਹੀ ਰਹਿਣਾ। ਇਸ ਲਈ ਜੇ ਆਪਣੇ ਕੋਲ ਮੌਕਾ ਸਾਂਭ ਲਾਂਗੇ ਤੇ ਸਾਧ ਸੰਗਤ ਜੀ ਵਜ਼ੀਰ ਕੋਲੋਂ ਜਿਹੜੀ ਮਰਜ਼ੀ ਘੁੱਗੀ ਮਰਵਾ ਲਿਓ। ਆ ਬਾਰਡਰ ਦੇ ਜਿੰਨੇ ਮੁੱਦੇ ਹੈ, ਆ ਤੁਹਾਨੂੰ ਵੀਜੇ ਵੂਜੇ ਲਵਾਉਣ ਦੇ ਬੜੇ ਸ਼ੌਕ ਹੈ, ਇਹ ਹਰ ਮੁਲਕ 'ਚ ਫਿਰਿਆ, ਇਹਦਾ ਉਹੀ ਸਤਿਕਾਰ ਇਹਨਾਂ ਕਰਦੇ, ਮਿੰਟ 'ਚ ਵੀਜ਼ਾ ਲੱਗਿਆ ਕਰੂ, ਮਗਰ ਜਿਤਾਉਣਾ ਪਹਿਲਾਂ ਪੈਣਾ। ਇਸ ਲਈ ਮੈਂ ਲੰਮੀ ਚੌੜੀ ਗੱਲ ਨਹੀਂ, ਮੈਂ ਤਾਂ ਇੱਕੋ ਗੱਲ ਕਹਿ ਕੇ ਚੱਲਿਆ ਕਿ ਆ ਸਹੁੰ ਜਿਹਨਾਂ ਨੇ ਖਾਧੀਆਂ ਸੀ, ਜਿਹੜਾ ਗੁਰੂ ਦਾ ਨਾ ਬਣਿਆ ਸ਼ਬਦ ਗੁਰੂ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦੀ ਸਹੁੰ ਖਾਣ ਵਾਲੇ, ਜੇ ਕਾਂਗਰਸ ਪਾਰਟੀ ਗੁਰੂ ਦੀ ਨਹੀਂ ਬਣੀ ਉਹਨੇ ਕਦੇ ਤੁਹਾਡਾ ਨਹੀਂ ਬਣ ਜਾਣਾ। ਔਰ ਜਿਹੜੇ ਵਾਅਦੇ ਕੀਤੇ ਸਨ ਕਿ ਕਰਜ਼ਾ ਮਾਫ਼ ਹੋਊਗਾ, ਫਸਲ ਦੀ ਪੂਰੀ ਰਕਮ ਮਿਲੂਗੀ, ਅੱਜ ਹਾਲਾਤ ਇਹ ਆ ਕਿ ਗੰਨੇ ਦੇ ਕਿਸਾਨਾਂ ਦਾ 1000 ਕਰੋੜ ਦੇਣ ਵਾਲਾ, ਪਿੰਡੀਆਂ 'ਚ ਬਾਰਦਾਨਾ ਨਹੀਂ ਪਹੁੰਚਦਾ, ਮੰਡੀਆਂ 'ਚ ਮੀਟਰਾਂ 'ਚ ਨਮੀ ਵਾਲੇ ਮੀਟਰਾਂ 'ਚ ਹੇਰਾ ਫੇਰੀ ਹੁੰਦੀ ਹੈ। ਔਰ ਸਾਧ ਸੰਗਤ ਜੀ ਆਲੂ ਦਾ ਕਿਸਾਨ ਅੱਜ ਫੜ ਕੇ ਰੋੜਤਾ, 3 ਵਾਰੀ ਫਸਲ ਖਰਾਬੀਆਂ ਗਈਆਂ, 17, 18 ਤੇ 19,
ਮਗਰ ਉਹਨਾਂ ਦੇ ਖਰਾਬੇ ਦੇ ਪੈਸੇ ਉਹਨਾਂ ਨੇ ਨਹੀਂ ਪਹੁੰਚੇ। ਔਰ ਅੱਜ ਇਕੱਲੀ ਕਿਸਾਨ ਨਹੀਂ, ਆਹ ਨੌਜਵਾਨਾਂ ਨੂੰ ਕਿਹਾ ਸੀ ਘਰ ਘਰ ਨੌਕਰੀ ਦੇਵਾਂਗੇ। ਅਜਨਾਲੇ ਵਾਲਿਓ MLA ਕਾਂਗਰਸ ਦਾ ਬਣਿਆ ਇੱਥੋਂ, ਤੁਹਾਨੂੰ ਤਾਂ ਫਿਰ ਦੋ ਦੋ ਦੇ ਗਏ ਹੋਣੇ, ਇਕੱਲੇ ਇਕੱਲੇ ਮੁੰਡੇ ਦੇ ਨੌਕਰੀ ਲੱਗ ਗਈ ਹੋਣੀ, ਧੀ ਦੇ ਵੀ ਲੱਗ ਗਈ ਹੁਣ, ਲੱਗੀ ਕਿ ਨਹੀਂ? ਆਹ ਚੁੱਪ ਜੇ ਬੈਠੇ ਹਰ ਪ੍ਰਤਾਪ ਸਿੰਘ ਰਾਤ ਨੂੰ ਤਾਂ ਨਹੀਂ ਵੰਡ ਗਿਆ ਕਿਤੇ ਨੌਕਰੀਆਂ? ਉਹ ਤਾਂ ਉਹ ਗੱਲ ਹੋ ਗਈ, ਬਾਲ ਸਾਹਿਬ ਸੁਣਾਉਂਦੇ ਇੱਕ ਦਾ ਵਿਆਹ ਨਹੀਂ ਹੁੰਦਾ ਸੀ, ਤੇ ਜਦੋਂ ਵਿਆਹ ਨਹੀਂ ਹੋਣਾ, ਕਿਸੇ ਨੇ ਦੱਸ ਪਾ ਦਿੱਤੀ ਕਿ ਫਲਾਣੇ ਪੀਰ ਕੋਲ ਨਾ ਮੱਥਾ ਟੇਕਿਆ ਕਰ ਤੇ ਰੋਜ਼ ਘਿਓ ਚੜ੍ਹਾਇਆ ਕਰ। ਉੱਥੇ ਉਹ ਜਾਂਦਾ ਸੀ ਤੇ ਘਿਓ ਚੜ੍ਹਾਇਆ ਆਉਂਦਾ ਸੀ, ਤੇ ਦਸਵੇਂ ਦਿਨ ਉਹਨੂੰ ਕਿਹਾ ਕਿ 10 ਦਿਨ ਜੇ ਬਿਨ ਨਾਗਾ ਘਿਓ ਚੜ੍ਹਾਏਗਾ ਤੇ 11ਵੇਂ ਦਿਨ ਤੈਨੂੰ ਆਵਾਜ਼ ਪੈ ਜੂ, ਤੇਰਾ ਰਿਸ਼ਤਾ ਪੱਕਾ। ਉਹੀ ਗੱਲ ਹੋਈ, 11ਵੇਂ ਦਿਨ ਪਿੰਡੋਂ ਆਵਾਜ਼ ਪੈ ਗਈ ਤੇ ਉਹ ਭੰਗੜਾ ਹੀ ਪਾਉਂਦਾ ਆਵੇ ਕਿ ਵਾਕਈ ਜਿਹਨੇ ਦੱਸ ਪਾਈ ਸੀ ਗੱਲ ਸੱਚੀ ਹੋ ਗਈ। ਔਰ ਪਿੰਡ ਜਦ ਪਹੁੰਚਿਆ, ਕਿਸੇ ਨੇ ਆਖਿਆ ਮਾਤਾ ਚੜ੍ਹਾਈ ਕਰ ਗਈ। ਉਹ ਕਹਿੰਦਾ ਵਾਹ ਪੀਰ ਪਤੋਈ, ਮੈਨੂੰ ਤਾਂ ਕੀ ਦੇਣੀ ਸੀ, ਬਾਪੂ ਵਾਲੀ ਦੀ ਖੋਈ। ਹਾਲਾਤ ਇਹ ਬਣ ਗਏ ਆ, ਤੁਹਾਨੂੰ ਦੇਣਾ ਤਾਂ ਕੀ ਸੀ, ਜੋ ਕੁਛ ਮਿਲਦਾ ਸੀ ਉਹ ਵੀ ਲੈ ਗਏ। ਔਰ ਮੈਂ ਹਮੇਸ਼ਾ ਇਹ ਗੱਲ ਕਹਿੰਦਾ, ਮੈਂ ਕਿਹਾ ਇੰਨੀ ਤਾਂ ਜੇਬ ਕਤਰੇ ਦੀ ਹੱਥ ਦੀ ਸਫਾਈ ਨਹੀਂ ਮੈਂ ਵੇਖੀ, ਜਿੰਨੀ ਆ ਪੰਜੇ ਦੀ ਮੈਂ ਕਾਂਗਰਸ ਦੇ ਹੱਥ ਦੀ ਸਫਾਈ ਵੇਖ ਲਈ। ਜਿਹਦੇ ਘਰ ਵੜਿਆ ਉਹਦੇ ਕੂੰਡਾ ਕਰਕੇ ਨਿਕਲਿਆ, ਖਾਲੀ ਨਹੀਂ ਮੁੜਿਆ। ਡਾਕੂ ਮੰਗਲ ਸਿੰਘ ਦਾ ਡਾਕਾ ਏਡਾ ਨਹੀਂ ਜਿੰਨਾ ਡਾਕਾ ਇਹ ਪੰਜਾ ਮਾਰ ਕੇ ਜਾਂਦਾ। ਸਾਧ ਸੰਗਤ ਜੀ, ਬਾਲ ਸਾਹਿਬ ਵੇਲੇ ਤਾਂ ਕੁੰਡੀ ਕਾਂਡੀ ਲੱਗ ਜਾਂਦੀ ਹੁੰਦੀ ਸੀ ਨਾ, ਲੱਗਦੀ ਹੁੰਦੀ ਸੀ ਕੁੰਡੀ ਕਿ ਨਹੀਂ? ਮਾਰ ਮੂਰ ਲੈਂਦੇ ਸੀ, ਮਾਝੇ ਦਾ ਰੌਲਾ ਬੜਾ ਰਹਿੰਦਾ ਸੀ ਕਿ ਕੁੰਡੀ ਬੜੀ ਲੱਗਦੀ। ਹੁਣ ਕੋਈ ਲਾ ਕੇ ਤਾਂ ਦੇਖੇ ਕੁੰਡੀ, ਉਹਦਾ ਇਹੋ ਜਿਹਾ ਕੁੰਡਾ ਕਰਦੇ ਪੰਜੇ ਵਾਲੇ ਕਿ ਸਾਧ ਸੰਗਤ ਜੀ ਬੰਦਾ ਸਿੱਧਾ ਨਹੀਂ ਖਲੋ ਸਕਦਾ। ਔਰ ਵੱਡੀ ਗੱਲ ਵੇਖ ਲਓ, ਅੱਜ ਦੇਸ਼ 'ਚ ਸਭ ਤੋਂ ਮਹਿੰਗੀ ਬਿਜਲੀ ਜੇ ਕਿਤੇ ਹੈ ਤੇ ਅੱਜ ਪੰਜਾਬ 'ਚ ਕਰਤੀ ਹੈ। 13,000 ਕਰੋੜ ਰੁਪਈਆ ਤੁਹਾਡੀ ਜੇਬ 'ਚੋਂ ਕੱਢ ਕੇ ਲੈ ਗਏ ਪਿਛਲੇ 2 ਸਾਲਾਂ 'ਚ। ਘਰ ਦੀ ਬਿਜਲੀ ਨੂੰ ਦੁਕਾਨਾਂ 'ਚ ਕਦੇ ਫਿਕਸ ਚਾਰਜ ਨਹੀਂ ਲੱਗਦਾ ਸੀ। ਫਿਕਸ ਚਾਰਜ ਦਾ ਮਤਲਬ ਸਮਝਦੇ ਹੋ ਕਿ ਘੱਟੋ ਘੱਟ ਬਿੱਲ ਆਉਣਾ ਹੀ ਆਉਣਾ ਤੁਹਾਡੇ ਲੋੜ ਦੇ ਹਿਸਾਬ ਨਾਲ, ਇੱਥੋਂ ਤੁਸੀਂ ਬਚ ਨਹੀਂ ਸਕਦੇ। 1,000 ਹੀ ਕਰੋੜ ਕੱਢ ਕੇ ਲੈ ਗਏ, ਕਦੇ ਹਾਲਾਤ ਨਹੀਂ ਕਿਸੇ ਨੇ ਵੇਖੇ ਸਨ ਕਿ ਆਹ ਜੀਤ ਅਖਬਾਰ ਆ 7 ਮਈ ਦਾ, ਬਿਜਲੀ ਬਿੱਲ ਦੇ ਵਿਵਾਦ ਨੂੰ ਲੈ ਕੇ ਆ ਲਿਖਿਆ, ਬਿੱਲ ਦੇ ਵਿਵਾਦ ਨੂੰ ਲੈ ਕੇ ਵਿਅਕਤੀ ਵੱਲੋਂ ਬਿਜਲੀ ਦਫ਼ਤਰ 'ਚ ਖੁਦਕੁਸ਼ੀ। ਕਦੇ ਸੋਚ ਸਕਦੇ ਸੀ ਕਿ ਪੰਜਾਬ ਦੇ ਇਹ ਹਾਲਾਤ ਬਣਨਗੇ ਕਿ ਬਿੱਲ ਕਰਕੇ ਬੰਦਾ ਆਪਦੀ ਜਵਾਨ ਗਵਾ ਜੂਗਾ? ਔਰ ਇਹਦਾ ਰੌਲਾ ਦੱਸਾ ਕੀ ਸੀ, ਗੈਰਤਮੰਦ ਬੰਦਾ ਸੀ, ਕਹਿੰਦਾ ਜਿੰਨੀ ਬਿਜਲੀ ਮੈਂ ਵਰਤੀ ਉਹਦਾ ਬਿੱਲ ਲਓ, ਜਿਹੜੀ ਬੱਤੀ ਮੈਂ ਵਰਤੀ ਨਹੀਂ ਉਹਦਾ ਬਿੱਲ ਨਾ ਲਓ। ਔਰ ਉਹਦੀ ਸੁਣੀ ਕਿਸੇ ਨੇ, ਅਖੀਰ 'ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਇਹ ਹਾਲਾਤ ਬਣਾ ਦਿੱਤੇ, ਔਰ ਦੇਣਾ ਤਾਂ ਕੀ ਸੀ। ਆਹ ਮੁਲਾਜ਼ਮ ਵੀਰ ਇੱਥੇ ਖਲੋਤੇ ਆ, ਇਹ ਚਲੋ ਤੁਸੀਂ ਜਕਾਰਾ ਤਾਂ ਨਹੀਂ ਛੱਡਣਾ, ਮਗਰ ਮਾੜਾ ਜਿਹਾ ਹੱਥ ਸੁੱਚ ਕੇ ਵਿਖਾ ਦਿਓ ਤੇ ਲੋਕ ਸਮਝ ਜਾਣਗੇ ਮਜੀਠੀ ਆ ਗੱਲ ਸਹੀ ਕਰ ਰਿਹਾ। ਇਹ ਭਾਊ ਡਰਦਾ ਕਿ ਜੇ ਹੱਸੇ ਤੇ ਤਾਂ ਮਰੇ, ਨਾ ਹੱਸੇ ਤੇ ਤਾਂ ਵੀ ਮਰੇ। ਚਲੋ ਕੋਈ ਨਾ, ਮੈਂ ਤਾਂ ਗੱਲ ਸਹੀ ਕਰੂੰ, ਤੁਸੀਂ ਹੱਸਣਾ ਤੇ ਹੱਸ ਲਿਓ, ਦਿਮਾਗ ਦੀ ਨਾੜੀ ਸਹੀ ਰਹਿੰਦੀ ਹੁੰਦੀ ਹੈ। ਇਹਨਾਂ ਨੂੰ ਵੀ ਬਾਪੂ ਬਾਦਲ ਜਦੋਂ ਮੁੱਖ ਮੰਤਰੀ ਬਣਦੇ ਸਨ, ਮੁਲਾਜ਼ਮ ਦੀਆਂ ਤਨਖਾਹਾਂ ਵੱਧਦੀਆਂ ਸੀ। ਅੱਜ 6ਵਾਂ ਪੇ ਕਮਿਸ਼ਨ ਤਾਂ ਬੈਠਿਆ, ਮਗਰ ਇਹਨਾਂ ਦੀ ਤਨਖਾਹਾਂ ਨਹੀਂ ਵਧਣ ਦਿੰਦੇ। ਔਰ ਵੱਡੀ ਗੱਲ ਵਧਾਉਣੀ ਤਾਂ ਕੀ ਸੀ, 4,000 ਕਰੋੜ ਇਹਨਾਂ ਦਾ ਭੱਤੇ ਦਾ ਵੀ ਸਰਕਾਰ ਖਾ ਗਈ, ਔਰ ਵਧਾ ਖਾਣ ਤੋਂ ਬਾਅਦ ਵੀ ਨਹੀਂ ਰੱਜੇ। ਹਰ ਮੁਲਾਜ਼ਮ ਦੀ ਜੇਬ ਤੋਂ ਸਾਲਾਨਾ 2,400 ਰੁਪਈਆ ਕੱਢਣਾ ਸ਼ੁਰੂ ਕਰਤਾ, ਜਿਹੜਾ ਪਹਿਲਾਂ ਕਦੇ ਨਹੀਂ ਹੁੰਦਾ ਸੀ। ਹੁਣ ਤਾਂ ਕਾਂਗਰਸ ਦੇ ਰਾਜ 'ਚ ਸਾਹ ਲੈਣ ਵਾਸਤੇ ਵੀ ਇੱਕ ਬੰਦੇ ਮੁਲਾਜ਼ਮ ਨੂੰ 2,400 ਦੇਣਾ ਪੈਂਦਾ, ਔਰ ਇਹ ਇਕੱਲੀ ਸਰਕਾਰੀ ਮੁਲਾਜ਼ਮ ਨੂੰ ਨਹੀਂ। ਸਾਧ ਸੰਗਤ ਜੀ, ਇਹ ਹਰ ਭਾਵੇਂ ਸਰਕਾਰੀ ਹੈ ਤੇ ਭਾਵੇਂ ਪ੍ਰਾਈਵੇਟ ਹੈ, ਹਰ ਦੀ ਕਹਾਣੀ ਬਣ ਗਈ ਹੈ। ਆਹ ਮੇਰਾ ਵੀਰ ਹੱਸਦਾ ਨਹੀਂ, ਆਹ ਪੁਲਿਸ ਦਾ ਵੀਰ ਕੈਪਟਨ 5,000 ਲਓ, ਮੈਂ ਉਵੇਂ ਦੱਸਦਾ, ਹੱਸ ਪੈ ਭਾਊ, ਇਹ ਤੇਰੇ ਦਰਦ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੇ ਦੂਰ ਕਰ ਰਹੇ ਆ ਜਾਂ ਭਾਰਤੀ ਜਨਤਾ ਪਾਰਟੀ ਨੇ? ਇਹ ਜਿਨ੍ਹਾਂ ਦੇ ਬਚ ਪੈ ਗਏ ਆ, ਇਹ ਤਾਂ ਨਿਰੇ ਮੈਂ ਕਹਿੰਦਾ ਜੇਬ ਕਤਰਿਆਂ ਤੋਂ ਵੀ ਪੰਜੇ ਖਤਰਨਾਕ ਹੈ। ਫਿਰ ਕਹਿੰਦੇ ਸੀ ਬਾਪੂ ਬਾਦਲ ਤੇ ਕੱਲਾ ਆਟਾ ਦਾਲ ਦਿੰਦਾ, ਪਾ ਦਿਓ ਵੋਟ ਪੰਜੇ ਨੂੰ ਤੇ ਨਾਲ ਘਿਓ ਖੰਡ ਤੇ ਚਾਹ ਪੱਤੀ ਆਓ। ਆ ਲੱਗਦਾ ਸਾਡੇ ਪ੍ਰਧਾਨ ਤੋਂ ਕਿ ਘਿਓ ਮਿਲਦਾ ਵਿਚਾਰੇ, ਸਾਡੇ ਤਾਂ ਸਾਰਾ ਪੰਜਾਬ ਹੀ ਸਾਡੇ ਪ੍ਰਧਾਨ ਨੂੰ ਏਡਾ ਬਿਮਾਰੂ ਹੋ ਗਿਆ, ਸਾਰਾ ਪੰਜਾਬ ਹੀ ਬਿਮਾਰ ਕਰਦਾ, ਜਿਹੜੇ ਮਰਜ਼ੀ ਪਿੰਡ ਚਲੇ ਜਾਓ। ਹੁਣ ਤਾਂ ਲਿਸੇ ਲਿਸੇ ਦੇ ਦਰਸ਼ਨ ਹੁੰਦੇ ਆ, ਘਿਓ ਮੱਖਣ ਵਾਲੇ ਤਾਂ ਕੰਮ ਹੀ ਪੰਜਾਬ ਲੁੱਟ ਕੇ ਲੈ ਗਏ। ਔਰ ਫਿਰ ਕਹਿੰਦੇ ਸੀ ਪਾ ਦਿਓ ਵੋਟ ਪੰਜੇ ਨੂੰ, ਬਾਪੂ ਬਾਦਲ ਤੇ
500 ਪੈਨਸ਼ਨ ਦਊ ਅਸੀਂ 2500 ਦਵਾਂਗੇ ਮਿਲ ਗਈ ਜੀ ਫਿਰ 2500 ਪੈਨਸ਼ਨ ਜਿਨ੍ਹਾਂ ਜਿਨ੍ਹਾਂ ਨੂੰ ਮਿਲ ਗਈ ਹੈ ਮਾੜੇ ਜੀ ਦਰਸ਼ਨ ਤਾਂ ਕਰਾ ਦਿਓ ਅਸੀਂ ਵੀ ਧੂਫ ਵਿਖਾਇਆ ਕਰੀਏ ਕੋਈ ਇੱਕ ਬਾਪੂ ਨੂੰ ਤਾਂ ਮਿਲੀ ਇੱਕ ਬੇਬੇ ਨੂੰ ਤਾਂ ਮਿਲੀ ਸਾਧ ਸੰਗਤ ਜੀ ਪੈਨਸ਼ਨ ਤਾਂ ਕੀ ਦੇਣੀ ਸੀ ਇਹ ਪੰਜਾਂ ਅੰਗ ਇਹਨਾਂ ਦੀ ਪੈਨਸ਼ਨ ਖਾ ਗਿਆ ਵਿਧਵਾਵਾਂ ਦੀ ਪੈਨਸ਼ਨ ਖਾ ਗਿਆ ਯਤੀਮ ਬੱਚਿਆਂ ਦੀ ਪੈਨਸ਼ਨ ਖਾ ਗਿਆ ਇਸ ਲਈ ਮੈਂ ਕਹਿੰਦਾ ਹੁੰਦਾ ਸਵਾਰੀ ਆਪਣੇ ਸਮਾਨ ਲਈ ਆਪ ਜ਼ਿੰਮੇਵਾਰ ਹੈ ਔਰ ਵੱਡੀ ਗੱਲ ਕਹਿੰਦੇ ਘਰ ਘਰ ਨੌਕਰੀ ਨੌਕਰੀ ਮਿਲੀ ਇੱਕ ਨੂੰ ਮਿਲੀ ਉਹ ਦੇਖੋ ਉਹਨਾਂ ਤੋਂ ਵੱਧ ਲੋੜਵੰਦ ਉਹਨਾਂ ਤੋਂ ਵੱਧ ਬੇਜੋਰ ਬੇਰੋਜ਼ਗਾਰ ਉਹਨਾਂ ਤੋਂ ਵੱਧ ਗਰੀਬ ਉਹਨਾਂ ਤੋਂ ਵੱਧ ਲਾਚਾਰ ਕੋਈ ਸੀ ਨਹੀਂ ਤੁਹਾਡੇ ਤਾਂ ਖਾਂਦੇ ਪੀਂਦੇ ਵੱਸਦੇ ਲੋਕੋ ਲੋੜਵੰਦ ਦੱਸਾਂ ਕਿਹੜਾ ਸੀ ਬੇਅੰਤ ਸਿੰਘ ਦਾ ਪੋਤਰਾ ਸਰਦਾਰ ਬੇਅੰਤ ਸਿੰਘ ਜਿਹੜਾ ਮੁੱਖ ਮੰਤਰੀ ਰਿਹਾ ਇੱਕ MP ਇੱਕ MLA ਇੱਕ ਕਿੱਟੂ ਘਰੇ ਪਿਆ ਸੀ ਉਹਨੂੰ ਚੱਕ ਕੇ ਡਿਪਟੀ ਬਣਾ ਦਿੱਤਾ ਤੇ ਬਹਿ ਦੇ ਤੁਹਾਡੇ ਨਿਆਣਿਆਂ ਦੀ ਖਾਧੀ ਜੇ ਇੱਕ ਨੂੰ ਵੀ ਦਿੱਤੀ ਹੋਵੇ ਔਰ ਜਿਹੜੇ ਸਕੂਲ 800 ਬੰਦ ਕਰਤੇ ਸਰਕਾਰੀ ਸਕੂਲ 100 ਕਰੋੜ ਅਧਿਆਪਕ 100 ਕਰੋੜ ਵਰਦੀਆਂ ਦਾ ਖਾ ਗਏ ਔਰ ਸਾਧ ਸੰਗਤ ਜੀ ਜਿਹੜੇ ਅਧਿਆਪਕਾਂ ਨੂੰ 45,000 ਮਿਲਦਾ ਸੀ ਨਾ ਇਹ ਕਹਿੰਦੇ ਸੀ ਪਾ ਦਿਓ ਵੋਟ 5 ਨੂੰ ਤੇ ਹੁਣ 90,000 ਮਿਲੂ ਉਹਨਾਂ ਦੀ ਤਨਖਾਹ ਕਿੰਨੀ ਕਰਤੀ 10,000 ਤੇ ਜਿਹੜਾ ਮੋਤੀ ਮਹਿਲ ਮੁੜ ਕੇ ਜਾਵੇ ਰੌਲਾ ਪਾਉਂਦਾ ਹੀ ਕਿ ਸਾਡੀ ਤਨਖਾਹ ਵਧਾ ਦੇ ਆ ਗੱਡੀਆਂ ਦੀ ਜਿਵੇਂ ਸਰਵਿਸ ਸਟੇਸ਼ਨ ਹੁੰਦੀ ਹੈ ਨਾ ਜਾਂ ਜਨਾਲੇ ਗੱਡੀ ਧੋਨੇ ਹੋ ਤੇ ਧੋਣ ਤੋਂ ਬਾਅਦ ਗੱਡੀ ਦੀ ਪਛਾਣ ਨਹੀਂ ਆਉਂਦੀ ਬੰਦਾ ਕਹਿੰਦਾ ਅੱਜ ਇੱਕ ਨਵੀਂ ਬਣ ਗਈ ਨਾ ਉਸ ਤਰ੍ਹਾਂ ਜਿਹੜਾ ਅਧਿਆਪਕ ਜਾਂਦਾ ਸੀ ਮੋਤੀ ਮਹਿਲ ਦੇ ਨੇੜੇ ਉਹਨੂੰ ਇਤਰਾਂ ਧੋਂਦੇ ਸੀ ਇਤਰਾਂ ਧੋਂਦੇ ਸੀ ਕਿ ਜਦੋਂ ਸ਼ਾਮ ਨੂੰ ਘਰੇ ਜਾਂਦਾ ਸੀ ਸਰਦਾਰਨੀ ਤਾਂ ਚੀਕਾਂ ਮਾਰ ਉੱਠਦੀ ਸੀ ਹਾਏ ਇਹ ਤਾਂ ਨਵਾਂ ਜਾਪਦਾ ਇਹ ਤਾਂ ਪਛਾਣ 'ਚ ਨਹੀਂ ਆਉਂਦਾ ਆਪਣੇ ਵਾਲਾ ਕਿ ਕਿਹੜਾ ਇਸ ਲਈ ਆ ਬਾਪੂ ਜੀ ਤੁਹਾਡੇ ਮੁੰਡੇ ਨੂੰ ਸਮੇਂ ਨਾਲ ਛਡਾਤੀ ਮੈਂ ਨੌਕਰੀ ਨਹੀਂ ਤਾਂ ਇਹਨੂੰ ਵੀ ਧੋ ਕੇ ਉੱਥੋਂ ਉਹਨਾਂ ਨੇ ਮੋਤੀ ਮਹਿਲ ਵਾਲਿਆਂ ਨੇ ਭੇਜਣਾ ਸੀ ਇਹਦਾ ਤਾਂ ਕੰਮ ਮੈਂ ਸੌਖਾ ਕਰਤਾ ਪਹਿਲਾਂ ਜਿਹੜਾ ਇਹਦੀ ਨੌਕਰੀ ਛਡਾਤੀ ਮੈਂ ਇਸ ਲਈ ਮੇਰੇ ਵੀਰੋ ਇਹ ਛੱਡਿਆ ਹੈ ਕਿਹਨੂੰ ਔਰ ਜਿਹੜਾ ਜੇ ਧੋਇਆ ਨਹੀਂ ਤੇ ਜਿਹੜੇ ਇਹਨਾਂ ਪੁਲਿਸ ਵਾਲੇ ਵੀਰਾਂ ਕੋਲ ਅਜਨਾਲੇ ਵਾਲਿਆਂ ਨੂੰ ਤਾਂ ਪਤਾ ਤੁਹਾਡਾ MLA ਤਾਂ ਤੁਹਾਡੇ ਦਰਸ਼ਨ ਕਰਾਈ ਛੱਡਦਾ ਥਾਣੇ ਦੇ ਤੁਹਾਨੂੰ ਤਾਂ ਮਿਲਿਆ ਕੀ ਨਾ ਤਾਂ ਗ੍ਰਾਂਟ ਮਿਲੀ ਨਾ ਪੈਨਸ਼ਨ ਮਿਲੀ ਨਾ ਨੌਕਰੀ ਮਿਲੀ ਨਾ ਕਰਜ਼ਾ ਮਾਫ ਹੋਇਆ ਮਗਰ ਇੱਕ ਚੀਜ਼ ਇਹਨਾਂ ਨੇ ਥੋਕ 'ਚ ਵੰਡੀ ਆ 307 ਦੇ ਪਰਚੇ 302 ਦੇ ਪਰਚੇ 3452 ਦੇ ਪਰਚੇ 323 ਦੇ 23 ਤਾਂ ਸੱਚ ਸਾਡੇ ਛੋਟੀ ਲੱਗਦੀ ਹੁਣ ਨਹੀਂ ਲਾਉਂਦੇ 26 ਇਹ ਜੇ ਪਰਚੇ ਤਾਂ ਫਾਲਤੂ ਦਿੱਤੇ ਹਾਂਜੀ ਇਹਨਾਂ ਨੇ ਤਾਂ ਸਭ ਕੁਛ ਹੀ ਹੋ ਗਿਆ ਰਾਜ ਸਿੱਖ ਭਾਈਚਾਰੇ ਨੂੰ ਤਾਂ ਇਹ ਤਾਂ ਵਿਚਾਰੇ ਇੱਕ ਉਹ ਹੈਗਾ ਉਹ ਕੀ ਨਾਂ ਆਪਣਾ ਭਮੀਰੀ ਉਹ ਵਿਚਾਰੇ ਦੀ ਤਾਂ ਇਹੋ ਜਿਹੀ ਭਮੀਰੀ ਬਣਾਈ ਹੈ ਮਹਿਲਾ ਦਾ ਤੁਹਾਡੇ ਹਲਕੇ 'ਚ ਉਹਦਾ ਹਾਂਜੀ ਭਮੀਰਾ ਭਮੀਰਾ ਮਗਰ ਮੈਂ ਵੇਖਿਆ ਉਹਦੀ ਜਿੰਨੀ ਮਰਜ਼ੀ ਭਮੀਰੀ ਬਣਾ ਲੈਣ ਉਹ ਜੇਲ੍ਹ 'ਚ ਵੀ ਹਲੇ ਕਾਇਮ ਉੱਡਾ ਹੀ ਹੈ ਕਹਿੰਦਾ ਫੇਰ ਆਊ ਬਾਹਰ ਤੇ ਤੱਕੜੀ ਨੂੰ ਮੋਰ ਲਾਊ ਬੰਦੇ ਤਾਂ ਚਾਹੀਦੇ ਬਾਈ ਇਹੋ ਜਿਹੇ ਜਿਹੜਾ ਲੱਤ ਕੱਢ ਕੇ ਤੁਹਾਡੇ ਵਾਂਗੂ ਖਲੋਵੇ ਔਰ ਮੈਂ ਵਿਸ਼ਵਾਸ ਦਵਾਉਂਦਾ ਅੱਜ ਇਹ ਕਾਂਗਰਸ ਦੇ ਵੀਰਾਂ ਨੂੰ ਵੀ ਕਹਿ ਕੇ ਚੱਲਿਆ ਇਹ ਸਰਕਾਰਾਂ ਕਿਤੇ ਸਦਾ ਰਹਿ ਜਾਣਗੀਆਂ ਸਰਕਾਰਾਂ ਆਉਂਦੀਆਂ ਨੇ ਤੇ ਸਰਕਾਰਾਂ ਜਾਂਦੀਆਂ ਨੇ ਲੋਕ ਬਣਦੇ ਨੇ ਲੋਕ ਕੁਰਸੀਆਂ ਤੋਂ ਉਤਰਦੇ ਨੇ ਮੇਰੇ ਪੁਲਿਸ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਇਹ ਵਰਦੀ ਦਾ ਸਤਿਕਾਰ ਹੋਣਾ ਚਾਹੀਦਾ ਵਰਦੀ ਦਾ ਸਤਿਕਾਰ ਉਦੋਂ ਹੋਊਗਾ ਜੇ ਵਰਦੀ ਇਨਸਾਫ ਦਊਗੀ ਤੇ ਜੇ ਵਰਦੀ ਇਨਸਾਫ ਨਹੀਂ ਦਊਗੀ ਤੇ ਸਾਧ ਸੰਗਤ ਜੀ ਫਿਰ ਤੁਹਾਡੇ ਪਿੰਡੇ ਤੇ ਵੀ ਇਹ ਵਰਦੀ ਨਹੀਂ ਰਹੂਗੀ ਕਾਨੂੰਨ ਇਹ ਗੱਲ ਕਹਿੰਦੀ ਔਰ ਮੈਂ ਅੱਜ ਵਿਸ਼ਵਾਸ ਦਵਾ ਕੇ ਚੱਲਿਆ ਤੁਹਾਡੇ ਲਈ ਤੁਹਾਡਾ ਕੋਈ ਮਸਲਾ ਹੋਵੇ ਮਜੀਠੇ ਨੂੰ ਆਵਾਜ਼ ਮਾਰਿਓ ਠੋਰ ਕੇ ਤੁਹਾਡੇ ਨਾਲ ਖਲੋਵਾਂਗੇ ਹਰ ਤੱਕੇ 'ਚ ਤੁਹਾਡੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਲੜਾਈ ਲੜਾਂਗੇ ਮਗਰ ਉਹਦੇ ਵਾਸਤੇ ਇੱਕ ਕੰਮ ਕਰ ਦਿਓ ਕਿ ਐਤਕੀ ਜੋ ਇਲੈਕਸ਼ਨ ਆਈ ਹੈ ਜਿਹਨਾਂ ਨੂੰ ਭੁਲੇਖੇ ਸਾਧ ਸੰਗਤ ਜੀ MLA ਬਣਾਉਣ ਵਾਲੇ ਤੁਸੀਂ ਵਜ਼ੀਰ ਬਣਾਉਣ ਵਾਲੇ ਤੁਸੀਂ ਅੱਜ ਮੈਂ ਅਪੀਲ ਕਰਦਾ ਬੇਨਤੀ ਕਰਦਾ ਕਿ ਮਾਝੇ ਦੇ ਭਲੇ ਲਈ ਅਜਨਾਲੇ ਦੇ ਭਲੇ ਲਈ ਇਸ ਇਲਾਕੇ ਦੀ ਤਰੱਕੀ ਲਈ ਰਲ ਮਿਲ ਕੇ ਧੜੇ ਬੰਦੀਆਂ ਤੋਂ ਉੱਤੇ ਉੱਠ ਕੇ ਤੁਸੀਂ ਐਤਕੀ ਹਰਦੀਪ ਸਿੰਘ ਜੀ ਨੂੰ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਮੋਹਰਾਂ ਲਾ ਕੇ ਕਾਮਯਾਬ ਕਰਿਓ